ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਸਾਹਿਬ ਇੱਕ ਮਹਾਨ ਯੋਧੇ, ਇੱਕ ਮਹਾਨ ਸੂਰਮੇ ਹੋਏ। ਗਲਤ ਇਤਿਹਾਸ ਦੀ ਲਿਖਤਾਂ ਨੇ ਉਹਨਾਂ ਨੂੰ ਲਾਪਰਵਾਹ ਸਾਬਤ ਕਰਨ ਦਾ ਯਤਨ ਕੀਤਾ। ਆਓ ਇੱਕ ਕਵਿਤਾ ਦੇ ਦੁਆਰਾ ਵੇਖੀਏ ਕਿ ਗੁਰੂ ਸਾਹਿਬ ਲਾਪਰਵਾਹ ਸਨ। ਗੁਰਦੁਆਰਾ ਸਾਹਿਬ ਮੈਂ ਗਿਆ ਹਾਜ਼ਰੀ ਭਰਨ, ਗੁਰਦੁਆਰਾ ਸਾਹਿਬ ਮੈਂ ਗਿਆ ਹਾਜ਼ਰੀ ਭਰਨ, ਵੱਡੇ ਮਹਾਂਪੁਰਸ਼ ਬਚਨ ਲੱਗੇ ਸੀ ਕਰਨ। ਗੁਰਦੁਆਰਾ ਸਾਹਿਬ ਮੈਂ ਗਿਆ ਹਾਜ਼ਰੀ ਭਰਨ, ਵੱਡੇ ਮਹਾਂਪੁਰਖ ਕਥਾ ਲੱਗੇ ਸੀ ਕਰਨ। ਕਹਿੰਦੇ ਸਾਰਿਆਂ ਨੇ ਗੁਰੂ ਚਰਨਾਂ ਦਾ ਧਿਆਨ ਹੈ ਧਰਨਾ, ਸਾਰਿਆਂ ਨੇ ਗੁਰੂ ਚਰਨਾਂ ਦਾ ਧਿਆਨ ਹੈ ਕਰਨਾ, ਗੁਰੂ ਨਾਨਕ ਜੀ ਦਾ ਇਤਿਹਾਸ ਮੈਂ ਸਾਂਝਾ ਹੈ ਕਰਨਾ, ਗੁਰੂ ਨਾਨਕ ਜੀ ਦਾ ਇਤਿਹਾਸ ਮੈਂ ਸਾਂਝਾ ਹੈ ਕਰਨਾ। ਰੋਜ਼ ਵਾਂਗ ਘਰੋਂ ਨਿਕਲੇ ਚਾਰਨ ਗਏ ਮੱਝੀਆਂ ਗਾਵਾਂ, ਰੋਜ਼ ਵਾਂਗ ਘਰੋਂ ਨਿਕਲੇ ਚਾਰਨ ਗਏ ਮੱਝੀਆਂ ਗਾਵਾਂ, ਅਤੇ ਆਪ ਸਤਿਗੁਰ ਬਹਿ ਗਏ ਦਰਖਤ ਦੀਆਂ ਠੰਡੀਆਂ ਛਾਵਾਂ, ਅਤੇ ਆਪ ਸਤਿਗੁਰ ਬਹਿ ਗਏ ਦਰਖਤ ਦੀਆਂ ਠੰਡੀਆਂ ਛਾਵਾਂ। ਉੱਧਰੋਂ ਪਸ਼ੂ ਕਿਸਾਨ ਦੀ ਸਾਰੀ ਖੇਤੀ ਖਾ ਗਿਆ, ਉੱਧਰੋਂ ਪਸ਼ੂ ਕਿਸਾਨ ਦੀ ਸਾਰੀ ਖੇਤੀ ਖਾ ਗਿਆ, ਇੱਧਰੋਂ ਸਤਿਗੁਰ ਸੌਂ ਗਏ। ਮਹਾਂਪੁਰਸ਼ ਕਹਿੰਦੇ ਖੁੱਡ 'ਚੋਂ ਸੱਪ ਨਿਕਲ ਬਾਹਰ ਆ ਗਿਆ, ਇੱਧਰੋਂ ਸਤਿਗੁਰ ਸੌਂ ਗਏ ਖੁੱਡ 'ਚੋਂ ਸੱਪ ਨਿਕਲ ਬਾਹਰ ਆ ਗਿਆ। ਇਤਿਹਾਸ ਦੇ ਇਹੋ ਜਿਹੇ ਗਲਤ ਬੋਲ ਮੈਨੂੰ ਜਾਪਦਾ ਸਿਰਫ ਅਤੇ ਸਿਰਫ ਗੱਪ ਨੇ, ਇਤਿਹਾਸ ਦੇ ਇਹੋ ਜਿਹੇ ਗਲਤ ਬੋਲ ਮੈਨੂੰ ਜਾਪਦਾ ਸਿਰਫ ਅਤੇ ਸਿਰਫ ਗੱਪ ਨੇ। ਧੁੱਪ ਦਾ ਗੁਰੂ ਨਾਨਕ ਜੀ ਨੂੰ ਨਾ ਪਤਾ ਲੱਗਾ, ਮਹਾਂਪੁਰਸ਼ ਕਹਿੰਦੇ ਛਾਂ ਕਰ ਦਿੱਤੀ ਸੱਪ ਨੇ, ਧੁੱਪ ਦਾ ਗੁਰੂ ਨਾਨਕ ਜੀ ਨੂੰ ਨਾ ਪਤਾ ਲੱਗਾ, ਛਾਂ ਕਰ ਦਿੱਤੀ ਸੱਪ ਨੇ। ਰਾਏ ਬੁਲਾਰ ਮਹਿਤਾ ਕਾਲੂ ਜ਼ਿਮੀਂਦਾਰ ਸਭ ਹੋਏ ਇਕੱਠੇ, ਕਹਿੰਦੇ ਤੂੰ ਘੂਕ ਹੈ ਸੁੱਤਾ ਮੱਝੀਆਂ ਫਸਲ ਖਾ ਰਹੀ ਹੈ, ਤੂੰ ਘੂਕ ਹੈ ਸੁੱਤਾ ਮੱਝੀਆਂ ਫਸਲ ਖਾ ਰਹੀ ਹੈ। ਮਹਾਂਪੁਰਸ਼ ਕਹਿੰਦੇ ਵੇਖੀ ਜਦੋਂ ਗੁਰੂ ਨਾਨਕ ਦੀ ਲੀਲਾ, ਸਾਰੀ ਫਸਲ ਹਰੀ ਭਰੀ ਲਹਿਰਾ ਰਹੀ ਹੈ। ਆਖੋ ਸਤਨਾਮ ਵਾਹਿਗੁਰੂ। ਮਹਾਂਪੁਰਸ਼ ਕਹਿੰਦੇ ਵੇਖੀ ਜਦੋਂ ਗੁਰੂ ਨਾਨਕ ਦੀ ਲੀਲਾ, ਸਾਰੀ ਫਸਲ ਹਰੀ ਭਰੀ ਲਹਿਰਾ ਰਹੀ ਹੈ। ਚੇਲੇ ਕਹਿੰਦੇ ਮਹਾਂਪੁਰਸ਼ਾਂ ਜੀ ਨੇ ਕਥਾ ਦੇ ਵੱਟ ਹੀ ਕੱਢ ਦਿੱਤੇ, ਚੇਲੇ ਕਹਿੰਦੇ ਮਹਾਂਪੁਰਸ਼ਾਂ ਜੀ ਨੇ ਕਥਾ ਦੇ ਵੱਟ ਹੀ ਕੱਢ ਦਿੱਤੇ, ਲੱਗਦੇ ਲੱਗਦੇ ਦੋ ਚਾਰ ਜੈਕਾਰੇ ਛੱਡ ਦਿੱਤੇ, ਲੱਗਦੇ ਲੱਗਦੇ ਦੋ ਚਾਰ ਜੈਕਾਰੇ ਛੱਡ ਦਿੱਤੇ। ਸਮਾਪਤੀ ਹੋਈ, ਸਾਰੇ ਛਕਣ ਲੱਗੇ ਪ੍ਰਸ਼ਾਦਾ ਅਤੇ ਦਾਲ, ਪਰ ਮੇਰੇ ਮਨ ਵਿੱਚ ਕਈ ਪੈਦਾ ਹੋਏ ਸਵਾਲ, ਸੋਚਦੇ ਸੋਚਦੇ ਜੋੜਾ ਕਰ ਮੈਂ ਪਾ ਰਿਹਾ ਸੀ ਜੁੱਤੇ, ਕੀ ਸਤਿਗੁਰੂ ਮੱਝੀਆਂ ਚਾਰਨ ਸਮੇਂ ਵੀ ਰਹਿੰਦੇ ਸੀ ਸੁੱਤੇ, ਸਬੱਬ ਬਣਿਆ ਗੁਰਬਾਣੀ ਮੁਤਾਬਕ ਇਤਿਹਾਸ ਸੁਣਾਉਣ ਲਈ ਕੁਝ ਪ੍ਰਚਾਰਕ ਵੀਰ ਆਏ, ਹੁਣ ਸਵਾਲ ਕਈ ਹੱਲ ਹੁੰਦੇ ਗਏ, ਮਹਾਂਪੁਰਸ਼ਾਂ ਨੇ ਤਾਂ ਭਰਮ ਹੀ ਸੀ ਪਾਏ। ਪ੍ਰਚਾਰਕਾਂ ਨੇ ਬੜੇ ਸੋਹਣੇ ਪ੍ਰਚਾਰ ਦੇ ਦੁਆਰਾ ਸਮਝਾਇਆ, ਮਾਲਾ ਛੱਡ ਹੱਥੀਂ ਕਿਰਤ ਕਰੋ, ਸਭ ਨੂੰ ਸੀ ਸਮਝਾਉਂਦੇ, ਮੰਜੀ ਡਾ ਪ੍ਰਚਾਰ ਵੀ ਕਰਨਾ, ਕਰਤਾਰਪੁਰ ਸਾਹਿਬ ਹੱਲ ਵੀ ਸੀ ਵਾਹੁੰਦੇ। ਇਤਿਹਾਸ ਇਹਨਾਂ ਦਾ ਕਲੰਕਿਤ ਹੈ ਕਰਨਾ, ਵਿਰੋਧੀਆਂ ਦੀ ਸੀ ਚਾਲ। ਜੇ ਉੱਜੜਿਆ ਖੇਤ ਹਰਿਆ ਹੋ ਸਕਦਾ, ਕੀ ਲੋੜ ਸੀ ਖੇਤੀ ਕਰਨ ਦੀ 17 ਸਾਲ। ਜੇ ਉੱਜੜਿਆ ਖੇਤ ਹਰਿਆ ਹੋ ਸਕਦਾ, ਕੀ ਲੋੜ ਸੀ ਖੇਤੀ ਕਰਨ ਦੀ 17 ਸਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।